ਪਹਿਲਾ ਸੈਮੀਫਾਈਨਲ ਮੈਚ ਜੈਪੁਰ ਤੇ ਸਹਾਰਨਪੁਰ ਯੂਪੀ ਵੀਰੇ, ਬਹੁਤ ਤਕੜਾ ਲੱਗਣਾ ਜੀ। ਕਦੇ ਕਹੂੰ ਸਾਡੇ ਗਵਾਂਢੀਆਂ ਦਾ ਮੁੰਡੇ ਦਾ ਪੇਪਰ ਆ, ਕਦੇ ਉਮਰੇ ਯਾਰ ਦੋਸਤ ਦਾ ਪੇਪਰ ਆ, ਅਸੀਂ ਗਰੁੱਪ ਬਣਾਇਆ ਰੱਖਦਾ ਗਰੁੱਪ ਬਣਾਉਂਦੇ ਹਾਂ ਸੱਤ ਬੰਦੇ, ਇਹਦਾ ਅਸੀਂ ਬਿਜ਼ਨਸ ਤੋਰਤਾ ਵੀ ਪੇਪਰ ਦਵਾਉਣ ਲਈ ਮਿਲੂ ਦੋਨੋਂ ਟੀਮਾਂ ਜਿਹੜੀਆਂ ਬਹੁਤ ਚੋਟੀ ਦੀਆਂ ਨੇ। ਪਹਿਲਾ ਸੈਮੀ ਖੇਡ ਗਰਾਊਂਡ ਦੇ ਵਿੱਚ ਮੇਰੇ ਮਿੱਤਰੋਂ ਸ਼ੁਰੂ ਹੋ ਚੁੱਕਿਆ। ਜਿਹੜੇ ਮੁੰਡੇ ਇੱਧਰ ਲਾਈਵ ਵਾਲੀ ਸਾਈਡ ਆ, ਇਹ ਗੱਭਰੂਆਂ ਦਾ, ਕਹਿੰਦੇ ਜੈਪੁਰ ਨਗਰ ਆ ਮੇਰੇ ਮਿੱਤਰੋਂ, ਬੜੀ ਦੂਰੀ ਤੈਅ ਕੀਤੀ ਹੈ ਰਾਜਸਥਾਨ ਦੀ ਧਰਤੀ ਤੋਂ, ਆਹ ਮੁੰਡੇ ਬਿਲੋਂਗ ਕਰਦੇ ਆ। ਔਰ ਨਾਲ ਕਹਿੰਦੇ ਸਹਾਰਨਪੁਰ ਯੂਪੀ ਦੀ ਟੀਮ ਇੱਕ ਵੱਡੀ ਟੀਮ ਆ, ਪਹਿਲਾ ਨੰਬਰ ਹੈ ਮੁੰਡੇ ਜੈਪੁਰ ਵਾਲਿਆਂ ਨੇ ਆਪਣੀ ਟੀਮ ਦੇ ਲਈ ਜਿਹੜਾ ਜੋੜ ਦਿੱਤਾ ਮੇਰੇ ਮਿੱਤਰੋਂ। ਇੱਧਰ ਰਾਜਸਥਾਨ ਦਾ ਜੱਸਾ ਖੇਡ ਗਰਾਊਂਡ ਦੇ ਵਿੱਚ ਜ਼ਿਲ੍ਹੇ ਬਰਨਾਲੇ ਦਾ ਗੱਭਰੂ ਮੇਰੇ ਮਿੱਤਰੋਂ ਮਾਣ ਹੈ, ਔਰ ਉਸ ਆਪਣੇ ਦੇਖ ਵੀ ਰਿਹਾ। ਗੱਭਰੂ ਕਹਿੰਦੇ ਗਲਤੀ ਕਰ ਗਿਆ, ਵਿਨੋਦ ਵਰਗੇ ਬੜੀ ਚੋਟੀ ਦੀ ਟੀਮ ਮੁੰਡੇ ਬਣਾ ਕੇ ਲੈ ਕੇ ਆਇਆ, ਔਰ ਗੱਲਾਂ ਕਹਿੰਦੇ ਨੰਨੂ ਵਰਗਿਆਂ ਦੀਆਂ, ਔਰ ਚਿਰਾਗ ਵਰਗੇ ਮੇਰੇ ਮਿੱਤਰੋਂ, ਔਰ ਇੱਕ ਵਧੀਆ ਟੀਮ ਆ ਮੁੰਡਿਆਂ ਦੀ ਰਾਜਸਥਾਨ ਦੇ। ਕਹਿੰਦੇ ਜੱਸੇ ਦੇ ਉੱਤੇ ਗੱਭਰੂਆਂ ਨੇ ਮਾਣ ਕੀਤਾ। ਮੁੰਡੇ ਦੂਸਰੀ ਸਾਈਡ ਵੀ ਬੜੇ ਵਧੀਆ ਖਿਡਾਰੀ ਹੈ, ਬਹਾਦਰ ਗੜੀਆ ਰਵੀ ਖੇਡਦਾ ਸੈਂਟਰ ਦੇ ਵਿੱਚ, ਨੌਜਵਾਨ ਨਾਲ ਮੁੰਡਾ ਲੈਫਟੀ ਖੇਡਦਾ ਗੁਹਾਣੇ ਵਾਲਾ, ਇੱਕ ਕਹਿੰਦੇ ਚੋਟੀ ਦੀ ਟੀਮ ਆ ਸੱਜਣ ਰਾਣਾ ਖੇਡਦਾ ਸਿਰੋਂ ਵਰਗੇ, ਵਧੀਆ ਟੀਮ ਆ ਮੁੰਡਿਆਂ ਦੀ, ਔਰ ਵਧੀਆ ਮੇਰੇ ਮਿੱਤਰੋਂ ਇਨਸਾਨ, ਵੱਡੇ ਵੱਡੇ ਮੇਲੇ ਖਿਡਾਰੀਆਂ ਨੇ ਉਹ ਜਿਹੜੇ ਜਿੱਤੇ ਹੈ। ਲਓ ਜੀ ਵੀਰੇ ਕੈਮਰੇ ਸਾਹਮਣੇ ਜੈਪੁਰ ਦੀ ਟੀਮ ਦੀ, ਬੰਦਾ ਕੀ ਨਹੀਂ ਕਰ ਸਕਦਾ, ਨੰਨੂ ਵਰਗੇ ਟੀਮ ਵਰਗੇ ਵਿਨੋਦ ਵਰਗੇ ਆ ਗਏ, ਸਾਗਰ ਭਰ ਸਕਦਾ ਨਾਲ ਰਾਜੂ ਲੱਗ ਕੇ ਜੈਪੁਰ ਦੇ ਜੱਸਾ ਰੈਫਰ ਲਿੰਟ ਤੇ ਚਿਰਾਗ ਆ ਜੀ ਪਟੌਂਦੀ ਵਾਲਾ, ਕਰਕੇ ਦੂਜੇ ਪਾਸੇ ਟੀਮ ਸਹਾਰਨਪੁਰ ਦੀ ਸੱਜਣ ਰਾਣੇ ਵਰਗੇ ਭਾਦੂ ਵਰਗੇ ਆ ਗਏ, ਉੱਧਰ ਸਿਰੇ ਮਾਰ ਕੇ ਸੁਮੋ ਮਾਰ ਗਏ ਤੁਰਕਾ ਕਰਕੇ, ਨਾਲ ਨਵੀਂ ਬਾਦਰਗੜ ਤੇ ਲੈਫਟੀ ਘੋਣਾ, ਬੱਲੇ 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 ਇੱਕ ਤਾੜੀ ਮਾਰੋ ਯਾਰ, ਆ ਖਿਡਾਰੀ ਦੇ ਲਈ ਮੁੰਡੇ ਨੇ ਕਮਾਲ ਕਰ ਦਿੱਤੀ ਆ, ਇਹ ਵਿਨੋਦ ਆ ਬੱਲੇ ਬੱਲੇ ਬੱਲੇ, ਆਹ ਸਵਾਦ ਨੌਜਵਾਨਾ, ਨੰਬਰ ਉੱਧਰ ਦੋ ਤੇ ਇੱਧਰ ਇੱਕ, ਦੋ ਤੇ ਇੱਕ ਦੀ ਜਿਹੜੀ ਟੱਕਰ ਹੈ ਗਰਾਊਂਡ ਦੇ ਅੰਦਰ ਹੈ, ਵੀ ਭੱਜਦਿਆਂ ਨੂੰ ਇੱਕੋ ਜਿੱਕੇ ਪਾਣ ਮਿੱਤਰੋ, ਅੱਜ ਟੱਕਰੇ ਨੇ ਹਾਣੀਆਂ ਨੂੰ ਹਾਣ ਮਿੱਤਰੋ, ਰਾਜਾ ਖੇਲਣ ਲਿਖੇ ਗੱਲ ਹੈ, ਆਹ ਲੱਖ ਲੱਖ ਦੀ ਤੇ ਧੱਕ ਪਈ ਹੋਈ ਆ ਅੱਜ ਦੇ ਵੱਡੇ ਕੱਪ ਦੀ, ਨੰਬਰ ਮੈਨੂੰ ਲੱਗਦਾ ਵੀ ਤੀਜਾ ਇਹਨਾਂ ਜੀ ਬਣ, ਓਕੇ ਜੀ ਲਓ ਨੰਬਰ ਇੱਧਰ ਤੀਜਾ ਵੀ ਜੋੜ ਦਿੱਤਾ ਮੁੰਡਾ ਨੇ, ਤੇ ਇੱਕ ਦੀ ਟੱਕਰ ਮੇਰੇ ਮਿੱਤਰੋ, ਤੇ 19 ਨੰਬਰ ਆਓ ਕਿਸੇ ਗੱਲ ਨਾਲ ਹੀ ਹੋਣਗੇ। ਇੱਧਰ ਪੰਡ ਤੋਂ ਸਾਡਾ ਵੱਡਾ ਬਾਈ ਹੈ, ਦੱਖਣਾ ਪਿੰਡ ਸਾਡੇ ਵੀਰ ਦਾ, ਤੇ ਵੱਡਾ ਬਾਈ ਕਹਿੰਦੇ ਪੁੱਜਿਆ ਹੋਇਆ ਹੈ, ਔਰ ਸਵੇਰ ਤੋਂ ਲੈ ਕੇ ਹੁਣ ਤੱਕ ਵੀਰ ਦੀਆਂ ਵੱਡੀਆਂ ਸੇਵਾਵਾਂ ਨੇ ਮੇਰੇ ਮਿੱਤਰੋ, ਔਰ ਵੱਡਾ ਧੰਨਵਾਦ ਮੈਂ ਤੇ ਕਰਦਾ, ਨਾਲ ਛੋਟਾ ਪੰਡ ਤੋਂ ਪੁੱਜਿਆ ਹੋਇਆ, ਔਰ ਕਹਿੰਦੇ ਖਿਡਾਰੀ ਵੀ ਚੰਗੇ ਆ, ਇਨਸਾਨ ਵੀ ਵੀਰ ਸਾਡੇ ਬਹੁਤ ਵਧੀਆ ਨੇ ਮੇਰੇ ਮਿੱਤਰੋ, ਜਦੋਂ ਜਦੋਂ ਵੀ ਮਿਲਦੇ ਆ ਬੜਾ ਪਿਆਰ ਬੜਾ ਸਤਿਕਾਰ ਬਖਸ਼ਦੇ ਆ, ਆ ਭਰਾ ਸਾਡੇ ਰਾਜਸਰ ਵਾਲੇ ਆ ਅਰਸ਼ ਦੇ ਨਾਲ ਸਮੁੱਚੀ ਪ੍ਰਬੰਧਕੀ ਕਮੇਟੀ ਦੇ ਨਾਲ, ਬੜਾ ਪਿਆਰਾ ਨੌਜਵਾਨ ਤੇਰਾ ਵੀ ਸਕੇ ਭਾਈਆਂ ਤੋਂ ਵੱਧ, ਜੇ ਆਹ ਮੈਚ ਜਿੱਤ ਕੇ ਤੇ ਫਾਈਨਲ ਦੇ ਵਿੱਚ ਜਗ੍ਹਾ ਬਣਾਵੇ, ਤੇ ਫਾਈਨਲ ਵੀ ਜਿੱਤੇ ਨਾ ਤੇ ਫੇਰ ਮਿੱਤਰਾਂ ਉਹ ਯਾਰੀ ਦਾ ਫੁੱਲ ਬਣਦਾ। ਲਓ ਸਾਹਮਣੇ ਇੱਧਰ ਸਿਰੇ ਦੀ ਜਿਹੜੀ ਟੱਕਰ ਹੈ, ਵੀ ਥੱਕ ਟੁੱਟ ਕੇ ਯਾਦ ਜ਼ਮੀਨ ਆਉਂਦੀ, ਸਦਾ ਹੁੰਦਾ ਨੀ ਵਕਤ ਉਡਾਉਣ ਦਾ ਬਈ, ਹਰ ਤੇ ਅੰਤ ਹੁੰਦਾ ਹੈ ਕਦੇ ਮੁੰਡਿਆਂ ਜ਼ਰੂਰ ਮਿਲ ਜਾਣਾ, ਸ਼ੇਅਰ ਕੀਤਾ ਵੀਰੇ ਲਾਈਕ ਸ਼ੇਅਰ ਜ਼ਰੂਰ ਕਰ ਦਿਓ ਸਾਰੇ ਭਰਾ।
ਚੁਬਾਣ ਦਾ ਬਈ ਮੁੱਲ ਹੁੰਦਾ ਏ ਕੋਈ? ਚੁਬਾਣ ਦਾ ਬਈ ਜਿਹੜੇ ਖਿਡਾਰੀ ਜਿਹੜੇ ਇਨਸਾਨ ਜ਼ਬਾਨਾਂ ਦੇ ਪੱਕੇ ਆ ਤੇ ਲੋਕੀ ਅਕਸਰ ਉਹਨਾਂ ਬਾਰੇ ਗੱਲਾਂ ਕਰਦੇ ਆ ਵੀ ਮੇਰੇ ਮਿੱਤਰੋ ਆ ਇਨਸਾਨ ਜਿਹੜਾ ਬਹੁਤ ਚੰਗਾ ਬਹੁਤ ਨੇਕ ਦਿਲ ਹੈ ਤੇ ਜ਼ਬਾਨਾਂ ਦੇ ਬਹੁਤ ਵੱਡੇ ਪੱਧਰ ਦੇ ਉੱਤੇ ਮੁੱਲ ਹੈ, ਪਰ ਸਾਹਮਣੇ ਇੱਧਰ ਲੈਫਟੀ ਗਲਤੀ ਕਰ ਗਿਆ। ਪੰਡਿਤ ਜੀ ਇੱਕ ਤਾਂ ਨਹੀਂ ਨਾ ਇੱਕ ਤਿੰਨ ਬੋਲਣਾ ਜੀ, ਇੱਕ ਜੱਸਾ ਤਿੰਨ ਰਵੀ ਦੀ ਜਿਹੜੀ ਟੱਕਰ ਇੱਕ ਨੰਬਰ ਆ ਇੱਕ ਨਾਲੇ ਹਨ ਇੱਕ ਨੰਬਰ ਜਿਹੜਾ ਇੱਧਰ ਰਾਜਸਰ ਦੇ ਜੱਸੇ ਦਾ ਔਰ ਤਿੰਨ ਨੰਬਰ ਜਿਹੜੇ ਇੱਧਰ ਬਹਾਦਰਗੜ੍ਹ ਦੇ ਰਵੀ ਦੇ ਹੈ। ਲਓ ਸਾਹਮਣੇ ਸਿਰੇ ਦੀ ਖੇਡ ਆਓ ਬੱਲੇ 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 ਰਾਵੇ ਨਵਜਨ ਸਲਾਦ ਆਓ ਸਲਾਦ ਭਾਈ ਜੀ ਸੱਦਾ ਸਹਿਬਾਜਪੁਰਾ ਜਿੱਥੇ ਮੇਰੀ ਆਵਾਜ਼ ਨੂੰ ਸੁਣਦੇ ਨੇ ਆਪਣਾ ਸਨਮਾਨ ਪ੍ਰਾਪਤ ਕਰਨ ਜੀ ਮੇਰੀ ਬੇਨਤੀ ਹੈ ਸਮਾਰਟ ਵਾਚ ਦੇ ਨਾਲ ਉਹਨਾਂ ਦਾ ਜਿਹੜਾ ਸਨਮਾਨ ਕੀਤਾ ਜਾਣਾ ਮੇਰੀ ਬੇਨਤੀ ਹੈ। ਸੱਦਾ ਸਹਿਬਾਜਪੁਰਾ ਸਾਡੀ ਜ਼ਿੰਦਗੀ ਦਾ ਮਾਣ ਹੈ, ਸਾਡਾ ਵੱਡਾ ਭਰਾ, ਉਹ ਜ਼ਰੂਰ ਆ ਕੇ ਆਪਣਾ ਜਿਹੜਾ ਉਹ ਸਨਮਾਨ ਪ੍ਰਾਪਤ ਕਰ ਲਵੇ। ਪਰ ਇੱਧਰ ਵੀ ਵੇਖ ਵੀ ਰਿਹਾ ਆਹ ਕਹਿੰਦਾ ਟੱਕਰ ਤੇ ਵੱਡੀ ਆ ਮੇਰੇ ਮਿੱਤਰੋ, ਮੈਚ ਤੇ ਬੜਾ ਟੌਪ ਦਾ ਖੇਡਿਆ ਜਾ ਰਿਹਾ, ਸਿਰੇ ਦੀ ਖੇਡ ਹੈ, ਮੇਲਾ ਭਰ ਜੁਗੜ ਦੇ ਉੱਤੇ ਹੈ, ਅੱਠ ਕਹਿੰਦੇ ਸੱਦੇ ਪੱਤਰ ਵਾਲੀਆਂ ਟੀਮਾਂ ਆਪਣੇ ਵਿਚਕਾਰ ਖੇਡ ਰਹੀਆਂ ਨੇ ਮੇਰੇ ਮਿੱਤਰੋ। ਪਹਿਲਾ ਰਾਊਂਡ ਖਤਮ ਹੋਇਆ, ਕੁਆਟਰ ਦੇ ਮੈਚ ਮੁੱਕੇ ਤੇ ਸੈਮੀ ਫਾਈਨਲ ਦੀ ਜਿਹੜੀ ਉਹ ਸ਼ੁਰੂਆਤ ਹੋਈ ਹੈ ਹੋ ਜਾਣਾ ਤੇ ਚਾਰ ਇੱਕ ਪੁਆਇੰਟ ਆ ਜੀ ਚਾਰ ਸਹਾਰਨਪੁਰ। ਸ਼ੇਰੂ ਦਾ ਅਗਲਾ ਸੈਮੀ ਹੋਣਾ ਵੀਰੇ ਜੋਧਪੁਰੀਏ ਨਾਲ ਜੀ, ਅਗਲਾ ਜਿਹੜਾ ਸੈਮੀ ਹੈ ਉਹ ਯੂਪੀ ਸ਼ਾਸਤਰੀ ਤੇ ਜੋਧਪੁਰੀਏ ਦਾ ਖੇਡਿਆ ਜਾਣਾ। ਹੋਰ ਟੀਮਾਂ ਵੀ ਆਪਣੇ ਆਪ ਨੂੰ ਤਿਆਰ ਰੱਖਣਗੀਆਂ। ਇੱਧਰ ਵੇਖ ਵੀਰੇ ਮੁੰਡੇ ਕਮਾਲ ਕਰੀ ਆਉਂਦੇ, ਚਾਰ ਤੇ ਇੱਕ ਦੀ ਟੱਕਰ, ਪਹਿਲੇ ਤਿੰਨ ਪੁਆਇੰਟਾਂ ਦੀ ਲੀਡ ਗੱਭਰੂਆਂ ਨੇ ਜਿਹੜੀ ਉਹ ਹਾਸਲ ਕਰ ਲਈ ਹੈ ਸੱਤਾ ਇਹਦੀ। ਹਾਂ ਸੱਤੇ ਨੂੰ ਵੀ ਆਵਾਜ਼ ਮਾਰ ਲਾ ਵਿਕਾਸ ਖੜਾ ਹੈ। ਓਕੇ ਜੀ ਭਾਈ ਜੀ ਸੱਦਾ ਸਹਿਬਾਜਪੁਰ ਜਿੱਥੇ ਮੇਰੀ ਆਵਾਜ਼ ਨੂੰ ਸੁਣਦਾ ਸਾਡਾ ਵੱਡਾ ਵੀਰ ਆਪਣਾ ਸਨਮਾਨ ਲੈ ਉਹ ਆਪਣਾ ਸਨਮਾਨ ਪ੍ਰਾਪਤ ਕਰੇ ਨਾਲ ਵਿਕਾਸ ਬਾਰੇ ਤੇ ਨਾਲ ਵਿਕਾਸ ਬਾਰੇ ਕਰ। ਬਹੁਤ ਸਤਿਕਾਰਯੋਗ ਵੀਰ ਨੇ ਮੁੰਡੇ ਬਹੁਤ ਤਕੜਾ ਖੇਡੇ ਔਰ ਦਵਾਵਾਂ ਨੇ ਭਰਾਵਾਂ ਦੇ ਲਈ ਲਓ ਨੰਬਰ ਕਹਿੰਦੇ ਮੁੰਡਿਆਂ ਨੇ ਪੰਜਵਾਂ ਜੋੜ ਦਿੱਤਾ ਆਪਣੀ ਟੀਮ ਦੇ ਲਈ ਪੰਜ ਤੇ ਇੱਕ ਦੀ ਖੇਡ ਹੈ। ਇੱਧਰ ਵਿਕਾਸ ਸੋਹਣੀ ਬਹੁਤ ਸੋਹਣਾ ਖੇਡਿਆ ਕਰਦੇ ਆ ਸਹੀ ਵੀਰੇ ਨੈਟਵਰਕ ਦੀ ਹੈਗਾ ਇਸ ਨੂੰ ਵੇਟ ਕਰਿਓ ਜੀ ਬੜੇ ਸਤਿਕਾਰਯੋਗ ਭਰਾ ਨੇ ਜਦੋਂ ਚੜ੍ਹ ਨਹੀਂ ਜਾਂਦਾ ਸਹੀ ਵੀਰੇ ਬੜਾ ਪਿਆਰ ਬਖਸ਼ਦੇ ਆ ਸੱਦੇ ਬਾਈ ਆਈ ਵੇਖ ਮਿੱਤਰਾ ਤਾਂ ਪੰਜ ਤੇ ਕਹਿੰਦੇ ਇੱਕ ਦੀ ਧਰਤੀ ਪੰਜਾਬ ਹੈ ਪੰਜ ਪਿਆਰੇ ਕਹਿੰਦੇ ਸਿੱਖ ਇਤਿਹਾਸ ਦੇ ਵਿੱਚ ਬਹੁਤ ਵੱਡਾ ਨਾਂ ਰੱਖਦੇ ਮੇਰੇ ਮਿੱਤਰੋ। ਹੁਣ ਦੱਸਿਓ ਕਿਵੇਂ ਲਾਈਵ ਨੇ ਵਿਜਦੀ ਰੁਕ ਗਿਆ ਸੀ ਥੋੜਾ ਟਾਈਮ ਲਈ ਦੀ ਪੰਚਾਇਤ ਹੁੰਦੀ ਹੈ ਥੋੜਾ ਜਿਆਦਾ ਜ਼ਿਆਦਾ ਤੰਗ ਕਰਿਆ ਨੈਟਵਰਕ ਨੇ, ਆਪਾਂ ਵਾਈਫਾਈ ਵੀ ਲਾ ਲਿਆ ਉਹਦਾ ਵੀ ਨੈਟਵਰਕ ਨਹੀਂ ਆ ਰਿਹਾ ਬਾਈ ਆਪਣੀ ਟੀਮ ਦੇ ਲਈ। ਹੁਣ ਪਤਾ ਨਹੀਂ ਚੱਕਰ ਕੀ ਬਣਿਆ ਅੱਜ ਵੀ ਆਪਾਂ ਨੂੰ ਇੰਨੀ ਦਿੱਕਤ ਆਈ ਨਹੀਂ ਕਿਤੇ ਨੈਟਵਰਕ ਦੀ ਕਰਦੇ ਨੇ ਸਮਾਂ ਕੀ ਦੇ ਕੁਝ ਫੋਨ ਹੀਟ ਆਉਣ ਕਰਕੇ ਵੀ ਹੁੰਦਾ ਹੋਣਾ ਪ੍ਰੋਬਲਮ ਵੀਰੇ। ਹੋਰ ਪਰੇ ਤੇਰੇ ਬਹਾਦਰ ਗੜੀਆ ਫਿੰਟ ਆ ਸੇਮਾ ਜੋੜ ਦਿੱਤਾ ਆ ਬਹਾਦਰ ਗੜੀਆ ਮੇਰੇ ਮਿੱਤਰੋ ਨੰਬਰ 6 ਆਪਣੀ ਟੀਮ ਦੇ ਲਈ ਗਰਾਊਂਡ ਦੇ ਵਿੱਚ ਜੋੜ ਚੁੱਕਿਆ ਹੈ ਭਾਈ ਯਾਰ ਤਾੜੀ ਤਾਂ ਮਾਰੋ ਬਹਾਦਰ ਗੜੀਆ ਦੇ ਲਈ ਮੁੰਡੇ ਨੇ ਕਮਾਲ ਕੀਤੀ ਪਈ ਹੈ ਨਜ਼ਰ ਨਾਲ ਨੰਬਰ ਪਹਿਲੇ 6 ਵਿਕਾਸ ਬਾਰੇ ਕਾ ਵੀਰੇ ਆ ਕੇ ਆਪਣਾ ਸਨਮਾਨ ਪ੍ਰਾਪਤ ਕਰੇ ਭਰਾ ਵਿਕਾਸ ਜੀ ਜਿੱਥੇ ਮੇਰੀ ਆਵਾਜ਼ ਨੂੰ ਸੁਣਦਾ ਸਾਡਾ ਵੀਰ ਰਹਿਰਸ਼ ਆ ਗਿਆ ਮੇਰਾ ਵੀਰ ਆ ਗਿਆ ਮੁੰਡੇ ਤੇ ਆਪਾਂ ਕਰ ਦਈਏ ਮਾਣ ਦੋਨੋਂ ਭਰਾਵਾਂ ਦਾ। ਇੱਧਰ ਸਮੁੱਚੀ ਪ੍ਰਬੰਧਕੀ ਕਮੇਟੀ ਵੱਲੋਂ ਹਾਂ ਸਾਡੇ ਵੀਰਾਂ ਦਾ ਸਨਮਾਨ ਅੱਜ ਫਿਰ ਗਰਾਊਂਡ 'ਚ ਬਾਹਰ ਰੁਕ ਗਈ ਹੈ ਬਹੁਤ ਖੁਸ਼ੀ ਦੀ ਗੱਲ ਹੁੰਦੀ ਹੈ ਦੋਸਤੋ ਜਦੋਂ
ਇਹਨਾਂ ਖਿਡਾਰੀਆਂ ਦੀ ਮਿਹਨਤ ਦਾ ਮੁੱਲ ਪਾਇਆ ਜਾਂਦਾ। ਸੱਤਾ ਸਵਾਜਪੁਰੀਆ ਦੇ ਵਿਕਾਸ ਬਾਰੇ ਕਹਿੰਦਾ ਸਨਮਾਨ ਹੋਇਆ ਜੀ, ਸਮਾਰਟ ਵਾਚਾਂ ਨਾਲ ਵੀਰੇ, ਬਹੁਤ ਵੱਡੀ ਜਿਹੜੀ ਮੁਬਾਰਕਬਾਦ ਹੈ ਸਵਾਜਪੁਰੀਆ ਸੱਤਾ ਦੇ ਵਿਕਾਸ ਬਾਰੇ ਕਹਿੰਦਾ ਸਨਮਾਨ ਸਮਾਰਟ ਵਾਚ ਨਾਲ ਦੋਨੋਂ ਭਰਾਵਾਂ ਦਾ ਤੇ ਜਿਹੜੇ ਭਰਾਵਾਂ ਨੂੰ ਬਿਲਕੁਲ ਬਿਲਕੁਲ ਰਵਿੰਦਰ ਨੈਟਵਰਕ ਨਹੀਂ ਕਰ ਰਹੇ, ਆਪਣੇ ਆਪ ਸਹੀ ਹੋਣਾ, ਪੰਜ ਮਿੰਟ ਵੇਟ ਕਰਿਓ ਭਰਾ ਬਣ ਕੇ। ਇੱਕ ਜੈਪੁਰ ਅੱਠ ਰਵੀ ਦੇ ਵੀਰੇ ਭੇਤ ਨੀ ਪਾਇਆ, ਔਰ ਇਹਨੂੰ ਕਹਿੰਦੇ ਅੱਜ ਤੱਕ ਕੋਈ ਛਿੱਤ ਨਹੀਂ ਸਕਿਆ, ਜਿਹਦੇ ਵਿੱਚ ਕੋਈ ਸ਼ੱਕ ਨਹੀਂ, ਦੁਨੀਆਂ ਦੇ ਵੱਡੇ ਵੱਡੇ ਖਿਡਾਰੀ ਆਏ ਔਰ ਉਹ ਖਿਡਾਰੀ ਵੀ ਆਏ ਜਿਹੜੇ ਇਕੱਲੇ ਇਕੱਲੇ ਖੇਡ ਕੇ ਟੂਰਨਾਮੈਂਟ ਜਿੱਤਦੇ ਰਹੇ ਆ, ਤੇ ਸਮੇਂ ਦੇ ਨਾਲ ਉਹਨਾਂ ਨੇ ਵੀ ਮੇਰੇ ਮਿੱਤਰੋਂ ਘਰ ਦਾ ਪਿਆਰ ਬੜਾ ਸਤਿਕਾਰ ਬਖਸ਼ਦਾ ਭਰਾ ਸਾਡਾ, ਔਰ ਇੱਧਰ ਵੇਖ ਮਿੱਤਰਾਂ ਵਿਰੋਧੀਆਂ ਰਾਹ ਨੰਬਰ ਪਹਿਲੇ ਤੋਂ ਉਹਨਾਂ ਨੇ ਦੂਜਾ ਨਹੀਂ ਹੋਣ ਦਿੱਤਾ, ਪਰ ਜੇ ਹੁਣ ਦੂਜਾ ਤੇ ਉਹ ਮਿੱਤਰਾਂ ਜੋੜਨਾ ਹੀ ਪੈਣਾ ਵੈਰੀ ਤੇ। ਬਾਈ ਜੀ ਮੈਂ ਦੂਜੇ ਫੋਨ ਤੋਂ ਲਾਈਵ ਚਲਾਇਆ ਮਾੜਾ, ਉੱਧਰ ਦੱਸਿਓ ਬਾਈ ਕਲੀਅਰ ਆ ਜੀ, ਫਿਰ ਆਪਾਂ ਉਦੋਂ ਹੀ ਚਲਾ ਦਈਏ। ਦੂਜੇ ਫੋਨ ਤੋਂ ਲਾਈਵ ਚਲਾਇਆ ਉਹਦਾ ਦੱਸਿਓ ਮਾੜਾ ਕੁਆਲਿਟੀ ਕੀ ਹੈ, ਵੀ ਦੁਬਾਰਾ ਇੱਕ ਲਾਈਵ ਹੋਰ ਚੱਲਦਾ ਹੁਣ ਉੱਪਰ ਉਹਤੇ ਚੈੱਕ ਕਰਿਓ ਜੀ, ਉਦੋਂ ਮਾੜੀ ਜੀ ਦੱਸਿਓ ਕੀ ਕੁਆਲਿਟੀ ਹੈ, ਫਿਰ ਉਦੋਂ ਚਲਾ ਦਈਏ। ਨਹੀਂ ਵੈਸੇ ਸਾਰੇ ਹੀ ਨੈਟਵਰਕ ਡਾਊਨ ਨੇ ਜੀ, ਵਾਈ ਫਾਈ ਵੀ ਅੱਜ ਡਾਊਨ ਚੱਲੀ ਜਾਂਦੇ। ਦੁਨੀਆਂ ਨੂੰ ਪਤਾ ਲੱਗੇ ਅਰਸ਼ ਵਰਗਿਆਂ ਦੇ ਨਾਲ ਯਾਰੀ ਵੀ ਫੱਟ ਦੇ ਕੱਢੇ, ਆਓ ਕਿੱਲ ਵਰਗੀ ਆ, ਇਹਨੂੰ ਸਿਮਰ ਦੁਨੀਆ ਕਹਿੰਦੀ ਆ। ਨੰਬਰ 11ਵਾਂ ਆਪਣੀ ਟੀਮ ਦੇ ਲਈ ਗੱਭਰੂ ਨੇ ਮੇਰੇ ਮਿੱਤਰੋ ਜਿਹੜਾ ਜੋੜ ਦਿੱਤਾ, ਟੱਕਰ ਕਹਿੰਦਾ ਵੱਡੀ ਆ ਮੇਰੇ ਮਿੱਤਰੋ ਵੀ ਛੋਟੇ ਰਣ ਵਿੱਚ ਜੂਝਦੇ, ਉਹਦੇ ਤਲਵਾਰਾਂ ਉਸ ਟਾਂਡੇ ਦੇ ਹੱਥ ਹੁੰਦੀਆਂ, ਆਓ ਜਿੱਤਾਂ ਦੇ ਹਾਰਾਂ। ਓਕੇ ਓਕੇ ਰਾਹੁਲ ਬਾਈ, ਫਿਰ ਉਸੇ ਮੈਂ ਕੱਟ ਕਰ ਦਿੰਦਾ ਹਾਂ ਲਾਈਵ ਬਾਈ, ਮੰਗਲੇ ਤੋਂ ਨਾ ਬੋਲੀਏ, ਆਓ ਕਰਤਾਰੋਂ ਡਰੀਏ, ਇਹ ਦੋਸਤਾਂ ਜੀ ਨੰਬਰ 12ਵਾਂ ਜੋੜ ਦਿੱਤਾ, 12 ਤੇ ਇੱਕ ਦੀ ਟੱਕਰ ਹੈ, 12 ਤੇ ਇੱਕ ਦੀ ਟੱਕਰ ਜਿਹੜੀ ਉਹ ਗਰਾਊਂਡ ਦੇ ਅੰਦਰ ਹੈ। ਨਵੀਂ 12 ਤੇ 1.25 ਲੱਖ ਹੈ, ਬੜਾ ਵੱਡਾ ਫਰਕ ਪੈ ਚੁੱਕਿਆ ਰਾਏਸਰ ਵਾਲੇ, ਆਸ ਉਮੀਦ ਲੋਕਾਂ ਨੂੰ ਹਾਲੇ ਵੀ ਬੜੀ ਵੱਡੀ ਆ ਵੀ ਰਾਏਸਰ ਵਾਲਾ ਜਿੰਨਾ ਟਾਈਮ ਖੜਾ ਤੇ ਮੈਚ ਦੇ ਵਿੱਚ ਵਾਪਸੀ ਹੋ ਸਕਦੀ ਹੈ। ਬਹਾਦਰਗੜ੍ਹ ਵਾਲਾ ਰਵੀ ਆ, ਮੇਲੇ ਕਈ ਖੇਡਿਆ ਰਾਏਸਰ ਦੀ ਟੀਮ ਦੇ ਲਈ, ਇਕੱਠੇ ਵੀ ਖੇਡੇ ਮੁੰਡੇ, ਇੱਕ ਪੂਜੇ ਦੇ ਭੇਤੀ ਆ ਰੱਜ ਕੇ ਵੀ ਇੱਥੇ ਕੋਈ ਨਾ ਕਿਸੇ ਲਈ ਮਰਦਾ ਨਹੀਂ ਆ, ਹਰ ਕੋਈ ਆਪਣੇ ਲਈ ਕਰਦਾ ਨਹੀਂ ਆ, ਤੇ ਉਹੀ ਭਾਉਂਦਾ ਲਾਂਦਾ ਦਿਲ ਦੀ ਨੂੰ ਵੀ ਜਿਹੜਾ ਭੇਤੀ ਹੁੰਦਾ ਕਰਦਾ ਜੀ, ਇਹ ਮੁੰਡੇ ਭੇਤੀ ਨੇ ਇੱਕ ਦੂਜੇ ਦੇ। ਪਰ ਪਹਿਲੇ 12 ਪੁਆਇੰਟ ਜਿਹੜੇ ਉਹ ਕਹਿੰਦੇ ਮੇਰੇ ਮਿੱਤਰੋ ਪੰਜਾਬ ਬ੍ਰਦਰਸ ਕਲੱਬ ਸਹਾਰਨਪੁਰ ਦੀ ਟੀਮ ਦੇ ਖਾਤੇ ਵਿੱਚ ਆ, ਤੇ ਦੂਜੇ ਪਾਸੇ 1 ਨੰਬਰ ਆ ਰਾਏਸਰ ਵਾਲਿਆ, ਉਹ ਬੈਠਾ ਮੁੰਡਾ ਪੰਡਤਾਂ ਦਾ ਮਾਣ ਤੇਰੇ ਤੇ, ਭਰਾ
ਭਰਾਵਾਂ ਨਾਲੋਂ ਵੱਧ ਕੇ ਕਰਦਾ। ਜੇ ਆ ਮੈਚ ਇੱਥੋਂ ਜਿੱਤ ਕੇ ਦਿਖਾਵੇ ਨਾ ਤੇ ਤੈਨੂੰ ਲੋਕਾਂ ਧਾਮ ਚੋਪ ਕਹਿਣਾ, ਉਹ ਸੁਣਿਆ ਕਰ ਕੋਈ ਹੱਲ ਮੁੰਡਿਆਂ ਦਾ ਤੇ ਫਿਰ ਨਜ਼ਾਰਾ ਵੱਖਰਾ ਬਣ ਜੂਗਾ। ਆਸੇ ਪਾਸੇ ਤੇਰੇ ਚਾਹੁਣ ਵਾਲੇ ਬੜੇ ਬੈਠੇ ਆ, ਪਰ ਗੱਲ ਇਹ ਉਹ ਭੁੱਲੇ 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 ਉਹ ਧੰਨ ਧੰਨ ਹੋ ਗਈ ਆ। ਮੈਂ ਵੀ ਬਾਈ ਸਹਾਰਨ ਵਾਲੇ ਮੁੰਡਿਆਂ ਲਈ ਆ ਇੱਕ ਵਾਰੀ ਤਾਂ ਸਹੀ ਹੋ ਗਿਆ ਲਾਈਵ ਬ੍ਰੇਕ ਨਹੀਂ ਚੱਲਿਆ ਜੇ ਸਹੀ ਦੱਸਿਓ ਜੀ ਨੇ ਉਹ ਕਦੇ ਬੰਦੀ ਕਹਿੰਦੀ ਵੀ ਲੀਡ ਦੇ ਨਾਲ ਮੇਰੇ ਮਿੱਤਰ ਫਰਕ ਪਾਇਆ ਹੋਇਆ ਪੁਆਇੰਟ ਵੱਧ ਗਿਆ ਇੱਕ ਹੋਰ ਵੱਡਾ ਫਰਕ ਹੈ ਉੱਧਰ ਦਲਵੀਰ ਜੈਲਦਾਰ ਸਾਡਾ ਭਰਾ ਵੱਸਦਾ ਵਿੱਚ ਕਨੇਡਾ ਵੀ ਹਰਸ਼ ਉਹਨਾਂ ਦੇ ਨਾਲ ਪਿਆਰ ਹੈ ਭਰਾ ਸੋਹਣੇ ਪ੍ਰਦੀਪ ਹੋਣੀ ਬਲਜਿੰਦਰ ਵਰਗੇ ਔਰ ਨਾ ਸਾਡੇ ਬਾਈ ਭੱਟ ਹੋਣੀ ਬਾਈ ਕਾਕੂ ਆ ਸਾਡੀ ਜ਼ਿੰਦਗੀ ਦਾ ਮਾਣ ਬਾਈ ਆ ਇਹ ਸਾਰੇ ਭਰਾ ਜਿਹੜੀ ਟਿਕਾਣੇ ਉਹ ਲੱਗੀ ਪਈ ਹੈ ਵੀ ਮੱਝ ਰਿੱਕਦੀ ਹੁੰਦੀ ਹੈ ਤੇ ਗਾਂ ਰੰਭਦੀ ਹੁੰਦੀ ਹੈ ਬਈ ਘੋੜੀ ਥੱਕਦੀ ਨੀ ਹੁੰਦੀ ਆ ਘੋੜੀ ਹੰਭਦੀ ਹੁੰਦੀ ਆ ਤੇ ਪੰਡ ਤੋੜਦੇ ਨੀ ਹੁੰਦੇ ਪੀਂਦੇ ਨੀ ਹੁੰਦੇ ਆ ਬਈ ਕੁੱਤੇ ਮੇਰੇ ਕੋਲ ਸਹੀ ਚੱਲੀ ਜਾਂਦਾ ਲਾਈਵ ਜਮਾ ਬਾਈ ਚੰਨ ਮੰਡੇਰ ਜੀ ਉਹੀ ਮੈਂ ਗੱਲ ਕਰੀ ਜਾਂਦਾ ਵਿੱਚ ਦੀ ਆਉਂਦੀ ਆ ਪ੍ਰੋਬਲਮ ਬਾਈ ਅੱਜ ਦਾ ਵਾਈ ਫਾਈ ਵੀ ਆਪਣਾ ਜਿਹੜਾ ਉਹਦਾ ਵੀ ਨੈਟਵਰਕ ਵਿੱਚ ਦੀ 5-7 ਮਿੰਟ ਖਰਾਬ ਹੁੰਦਾ ਰਵੀ ਦੀ ਕਾ ਵੀ ਲੀਡ ਆਵਰੇ ਸਕੋਰ ਜੀ ਪੰਡ ਜੀ 13-1 ਸਕੋਰ ਆ ਜੀ 1-13 ਇੱਕ ਜੈਪੁਰ 13 ਭਾਦਰਗੜੀ ਆ ਰਵੀ ਦੇ ਸਹਾਰਨਪੁਰ ਦੇ ਨੰਬਰ ਜਿਹੜਾ ਉਹ ਮੇਰੇ ਮਿੱਤਰੋ ਬੱਲੇ 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 ਉਹ ਦੇਖਣ ਹੋ ਜਾਣਾ ਜੈਪੁਰ ਵਾਲੇ ਮੁੰਡਿਆਂ ਦਾ ਤੇ ਓਕੇ ਓਕੇ ਧੰਨਵਾਦ ਵੀਰੇ ਮਨੋਨੰਦ ਜੀ ਕਰੀ ਬੈਠੇ ਆ ਨੰਬਰ ਕਹਿੰਦਾ ਦੂਜਾ 2-13 ਹੋ ਗਏ ਵੀਰੇ ਲਈ ਬੋਤੇ 13 ਦੀ ਟੱਕਰ ਹੈ ਇਧਰ ਮੈਨੂੰ ਲੱਗਦਾ ਵੀ ਵਾਪਸੀਆਂ ਜਿਹੜੀਆਂ ਹੁਣ ਗਈਆਂ ਨੌਜਵਾਨਾਂ ਉਹ ਵਾਪਸੀ ਕਰਨੀ ਪੈਣੀ ਆ ਦੱਸਿਆ ਤੇ ਫੈਰੀ ਤੇ ਮਾਰੇ ਹੀ ਮਰਦਾ ਨੌਜਵਾਨ ਗੱਭਰੂ ਪਹਿਲੇ ਨੰਬਰ ਤੇ ਰਹਿੰਦਾ ਤੇ ਮਾਣ ਜਿਹੜੇ ਵੱਡੇ ਕੀਤੇ ਜਾਣਗੇ ਇੱਧਰ ਸ਼ਿਵਮਾ ਉਹ ਭਰਾ ਸਾਡਾ ਸ਼ੁਭਮ ਰਾਣਾ ਨਾਲ ਸੱਜਣ ਰਾਣਾ ਤੇ ਨਾਲ ਬਹਾਦਰ ਗੜੀਆ ਕਹਿੰਦੇ ਰਵੀ ਪੁੱਛਿਆ ਹੋਇਆ ਇੱਕ ਪਾਸੇ ਸ਼ਿਵਮਾ ਜੀ ਚੇਤੇ ਕਰਦਾ ਜੀ ਲਵੀ 2-13 ਦੀ ਟੱਕਰ ਆ ਖਾਣੇ ਵਾਲਾ ਜਿਹੜਾ ਰਵੀ ਦੇ ਝਾਫੇ ਚ ਆ ਗਿਆ ਤੇ 3-13 ਹੋ ਗਏ ਲੀਡ ਪੱਟਣੀ ਸਟਾਰਟ ਹੋ ਗਈ 13-3 ਦੀ ਗੇਮ ਆ ਜੀ ਔਰ ਜਿਹੜੇ ਜਿਹੜੇ ਕਹਿੰਦੇ ਵਾਪਸੀ ਕਰਨਗੇ ਜੱਸੇ ਹੋਣੀ ਉਹ ਇੱਕ ਵਾਰੀ ਤਾੜੀ ਮਾਰੋ ਜ਼ੋਰਦਾਰ ਜਿਹੜੇ ਕਹਿੰਦੇ ਵਾਪਸੀ ਤੇ ਹੋਊਗੀ 3-13 ਪਾਣੀ ਵਾਲੇ ਬਾਬਾ ਜੀ ਆਓ ਜੀ ਗਰਾਊਂਡ 'ਚ
ਪਾਣੀ ਵਾਲੇ ਬਾਬਾ ਜੀ ਮਾਰੇ ਘਰ ਕੀ ਜੋਧਪੁਰੀਆਂ ਨੇ ਸੂਰਜ ਗੇਰੀਆਂ ਜੀ। ਅਗਲਾ ਮੈਂ ਯੂਪੀ ਸ਼ਾਸਤਰੀ ਤੇ ਜੋਧਪੁਰੀਏ ਦਾ ਆਉਣਾ ਦੂਜਾ ਸੈਮੀ ਵੀਰੇ। ਗਗਨਦੀਪ ਗਰੇਵਾਲ ਕਨੇਡਾ ਬਹੁਤ ਬਹੁਤ ਸਵਾਗਤ ਆ ਵੀਰੇ। ਹਰਸ਼ਦੀਪ ਸਿੱਧੂ ਨੇ ਸਟਾਰ ਭੇਜਿਆ, ਬਹੁਤ ਬਹੁਤ ਧੰਨਵਾਦ ਜੀ ਹਰਸ਼ਦੀਪ ਸਿੱਧੂ ਜੀ। ਅੰਕਿਤ ਗੁਲੀਆ ਕਨੇਡਾ ਜੀ ਸਵਾਗਤ, ਬਹੁਤ ਬਹੁਤ ਧੰਨਵਾਦ ਵੀਰੇ ਹਰਸ਼ਦੀਪ ਸਿੱਧੂ ਜੀ ਸਟਾਰ ਭੇਜਣ ਵਾਸਤੇ ਧੰਨਵਾਦ। ਤੇਰਾ ਦਿਨ ਦੀ ਠੀਕ ਹੈ ਜੀ। ਮੇਰੇ ਮਿੱਤਰੋ ਰਿਕਾਰਡ ਬੋਲ ਰਿਹਾ ਹੈ, ਇਹ ਵੀ ਮੁੰਡੇ ਦਾ ਡਿਫੈਂਸ ਕਹਿੰਦੇ ਦੇਖਣ ਯੋਗਾ ਹੈ। ਵੱਡੇ ਵੱਡੇ ਖਿਡਾਰੀਆਂ ਦੀਆਂ ਬਾਲਾਂ ਨਹੀਂ ਖਾਂਦਾ, ਪਰ ਅੱਜ ਕਹਿੰਦੇ ਬਹਾਨੇ ਪਿੰਡ ਦਾ ਲਿਫਟੀ ਸੱਦਿਆ ਮੁੰਡਿਆਂ ਨੇ ਨਾਲ, ਕਹਿੰਦੇ ਬਾਬੂ ਪ੍ਰਤਾਪ ਆ ਠਾਕੁਰ ਔਰ ਨੈਟ ਤੇ ਕਹਿੰਦੇ ਸ਼ਿਵਮ ਖੇਡਦਾ, ਪਰ ਆ ਟੱਕਰ ਕਹਿੰਦੇ ਸਿਰੇ ਵੀ ਆ ਔਰ 13-14 ਜੇ ਕਰ ਗਿਆ ਤੇ 14-15 ਵੀ ਕਰੂਗਾ ਰਾਇਸਰ ਵਾਲਿਆ। ਕਹਿ ਜੈਪੁਰ ਵਾਲੇ ਟੀਮਾਂ ਨੂੰ ਤੇ ਜਾਂ ਫਿਰ ਧਾਨੋ ਨੂੰ ਵੀ ਕੋਈ ਹੋਰ ਵੱਖਰੇ ਤਰੀਕੇ ਦੇ ਨਾਲ ਖੇਡਣਾ ਪਊਗਾ, ਵੀ ਸੂਰ ਦਿੱਤਾ ਰਹਿੰਦੇ ਯਾਰ ਰੋਣ ਢਲਦੇ, ਪਰ ਸੂਰਮੇ ਜੋ ਆਪਣੀ ਹੀ ਚਾਲ ਚੱਲਦੇ ਤੇ ਕੁਝ ਵੱਖਰਾ ਕਰਾਂਗੇ ਸਭ ਜੱਗ ਤੋਂ ਔਰ ਬਾਕੀ ਚੋਹਿਆਂ ਦੀ ਵੱਖਰੀ ਜਮਾਤ ਹੁੰਦੀ ਆ ਤੇ ਗੱਲਾਂ ਵੀ ਉਹਨਾਂ ਦੀ ਹੁੰਦੀਆਂ ਔਰ ਜਿਨ੍ਹਾਂ ਵਿੱਚ ਕੋਈ ਗੱਲ ਬਾਤ ਹੁੰਦੀਆਂ ਗੱਲਾਂ ਵੀ ਉਹਨਾਂ ਦੀ ਹੁੰਦੀਆਂ ਬਈ ਜਿਨ੍ਹਾਂ ਵਿੱਚ ਕੋਈ ਗੱਲ ਬਾਤ ਹੁੰਦੀ ਆ ਨਾ ਉਸੇ ਬਣੇ ਨਾ ਇਧਰ ਕਹਿੰਦੇ 3-13 ਦੀ ਖੇਡ ਜਿਹੜੀ ਖੇਡੀ ਜਾ ਰਹੀ ਹੈ ਨੰਬਰ 3 ਚੱਲ ਆ ਗਿਆ ਹੋਵੇ ਫਿਰ ਉਹ ਤੇਰਾ ਇਧਰ ਜਿਹੜਾ ਫਰਕ ਪੈ ਗਿਆ ਜਿਹੜਾ ਉਹਦੇ ਨਾਲ ਮੁੰਡਾ ਸੀ ਉਹਦਾ ਨੰਬਰ ਭੇਜਦਾ ਮੈਨੂੰ WhatsApp ਤੇ ਅਨਿਲ ਅਨਿਲ ਦਾ ਭੇਜ ਆਵੇ ਮੇਰੇ ਮਿੱਤਰੋ ਖਬਰੂ ਕਮਾਲ ਕਰੀ ਆਉਂਦੇ ਆ ਹੌਸਲੇ ਦੀ ਟੱਕਰ ਜਿਹੜੀ ਮੈਂ ਦੇਖਦਾ ਵੀ ਗਰਾਊਂਡ ਦੇ ਵਿੱਚ ਖੇਡਿਆ ਜਾ ਰਿਹਾ ਮੇਰੇ ਮਿੱਤਰੋ ਵੀ ਮਾਣ ਸਨਮਾਨ ਸਾਨੂੰ ਬਾਬਾ ਜੀ ਨੇ ਬਖਸ਼ੇ ਅੱਜ ਥੱਲੇ ਕੱਢੀਆਂ ਤੇ ਕਦੇ ਸੀਗੇ ਰਖਸ਼ੇ ਸਾਡੀ ਮਿਹਨਤ ਨੂੰ ਫਲ ਲੱਗਾ ਵੇਖ ਕੇ ਕੌਣ ਚੁਗਲਾਂ ਦੇ ਨੇ ਨਾਗ ਲੜਦੇ ਸਾਨੂੰ ਰੱਬ ਨੇ ਤਰੱਕੀਆਂ ਦਿੱਤੀਆਂ ਔਰ ਲੋਕਾਂ ਦੇ ਕਿਉਂ ਦਿਲ ਸੜਦੇ ਇਧਰ ਕਹਿੰਦੇ ਪ੍ਰਮਾਤਮਾ ਵਾਹਿਗੁਰੂ ਔਰ ਤਰੱਕੀਆਂ ਬਖਸ਼ਦਾ ਤੇ ਆਪਣੇ ਆਪ ਜਿਹੜੀ ਕੁਛ ਨਹੀਂ ਹੁੰਦਾ ਮੇਰੇ ਮਿੱਤਰੋ ਵੀ ਰਾਮ ਵਧਾਏ ਸੋ ਵਧਾ ਤੇ ਬਲਗਰ ਵਧਾ ਨਾ ਕੋਈ ਗੱਲਾਂ ਹੁੰਦੀਆਂ ਨੇ ਪਰ ਆ ਕਹਿੰਦੇ ਸੱਜਣ ਰਾਣਾ ਮੇਰੇ ਮਿੱਤਰੋ ਔਰ ਬੱਲੇ 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 ਔਰ ਸਵਾਦ ਓਕੇ ਓਕੇ ਰਮਨ ਵੀਰੇ ਉਹ ਬਿਜਲੀ ਆਉਂਦੀ ਆ 5-7 ਮਿੰਟ ਜਿੱਤ ਦੇ ਲਈ ਜ਼ੋਰ ਬੜਾ ਲਾ ਰਹੇ ਨੇ ਹਰ ਪਤਾ ਵੀ ਜਿਹੜੀ ਟੀਮ ਜਿੱਤ ਗਈ ਤੇ ਇੱਕ ਵੱਡੇ ਕਾਪਾਂ ਨੂੰ ਵੱਡੇ ਕੜਾਈ ਤੇ ਜਿਹੜੀ ਮੋਹਰ ਲੱਗ ਜਾਣੀ ਹੈ ਸੋ ਸਾਹਮਣੇ ਅਗਲੀ ਸਰਵ ਜਿਹੜੀ ਫੇਰ ਕਰ ਦਿੱਤੀ ਆ ਗੁਰਮੀਤ ਸਿੰਘ ਜੀ ਰੀਡਰ ਸਾਹਿਬ ਖਿਆਲੀ ਵਾਲੇ ਤੋਂ ਉਹ ਵੀ ਬੈਠੇ ਮੈਚਾਂ ਦਾ ਆਨੰਦ ਪਏ ਮਾਣ ਰਿਹਾ ਹੈ ਤੇ 11 ਤਰੀਕ ਜਿਹੜੀ ਮਾਨਸਾ ਕੇਂਟੀਆਂ ਦੇ ਵੱਡੇ ਮੇਲੇ ਦੀ ਹੈ ਹੋਰ ਕਦੇ ਗੱਲਾਂ ਹੋਣਗੀਆਂ ਮੇਰੇ ਮਿੱਤਰੋ
ਪੜਾਕੇ ਕੱਲ ਨੂੰ ਵੀ ਪੂਰੇ ਪੈਣਗੇ। ਔਰ ਕਦੇ ਅੱਜ ਘਲੌਰ ਦਾ ਮੇਲਾ ਜਿਹੜਾ ਭਰ ਜੋਗਣ ਤੇ ਬਹਾਦਰ ਗੜੀਆ ਤੇ ਪਾਲ ਦਾ ਸਿਰਾਂ ਚ ਬਾਹਾਂ ਕੁੱਟੀ ਆਉਂਦਾ ਏ ਆਹ ਪਾਲ ਜਿਹੜੀ ਆਊਟ ਹੈ। ਤਿੰਨ ਤੇ ਤੇਰਾਂ ਦੀ ਟੱਕਰ ਹੈ, ਤਿੰਨ ਤੇਰਾਂ ਫੇਰ ਮੈਚ ਹੈ। ਜਗਜੀਤ ਸਰਪੰਚ ਕਟਾਰੀ ਵਸਦਾ ਵਿੱਚ ਕਨੇਡਾ ਦੇ, ਉਹ ਭਰਾ ਦੇ ਕਹਿੰਦੇ ਵੱਡੇ ਥਾਪੜੇ ਆ ਮੁੰਡਿਆਂ ਨੂੰ, ਔਰ ਕਹਿੰਦੇ ਟੀਮ ਸਪੌਂਸਰ ਕੀਤੀ ਹੈ ਤੇ ਕਹਿੰਦੇ ਕਿੱਟਾ ਭਰਾ ਨੇ ਬੜੀ ਰੀਝ ਨਾਲ ਤਿਆਰ ਕਰਕੇ ਦਿੱਤੀਆਂ ਨੇ। ਬਹੁਤ ਬਹੁਤ ਧੰਨਵਾਦ ਮੈਂ ਕਰਾਂਗਾ। ਔਰ ਵੀਰ ਕਹਿੰਦਾ ਵੀ ਜੇ ਮੁੰਡੇ ਜਿੱਤ ਗਏ ਫਾਈਨਲਾਂ 'ਚ ਤੇ ਮਾਣ ਸਨਮਾਨ ਉੱਚੇ ਤੌਰ ਤੇ ਕੀਤਾ ਜਾਵੇਗਾ। ਇਹ ਵੀ ਬਹਾਦਰਗੜ੍ਹ ਵਾਲਿਆ ਤਿਆਰੀ ਫੜ ਲਾ, ਜੇ ਜਿੱਤ ਗਿਆ ਫਾਈਨਲ 'ਚ ਰਾਏਸਰ ਵਾਲਾ ਨੰਬਰ ਚੌਥਾ ਜੋੜ ਗਿਆ ਆਪਣੀ ਟੀਮ ਦੇ ਲਈ। ਚਾਰ ਤੇ ਤੇਰਾਂ, ਔਰ ਚਾਰ ਤੇ ਤੇਰਾਂ ਮੇਰੇ ਮਿੱਤਰੋ ਨੰਬਰ ਪੰਜਵਾਂ ਜੋੜਨ ਦੇ ਲਈ ਗੱਭਰੂ ਕਹਿੰਦੇ ਤਿਆਰ ਬਰ ਤਿਆਰ ਆ ਵੀ ਹੁਣ ਮਨਸੂਬੇ ਟੇਕ ਤੇ ਬੰਦਾ ਕੀ ਨੀ ਕਰ ਸਕਦਾ ਤੇ ਤੱਕ ਵਾਲੀਆਂ ਬੂੰਦ ਬੂੰਦ ਨਾਲ ਸਾਗਰ ਭਰ ਸਕਦਾ ਉਸ ਤੁਣਕਾ ਤੁਣਕਾ ਕਰਕੇ ਆਹ ਕੁੜੀ ਚੜਦੀ ਹੁੰਦੀ ਹੈ। ਨੰਬਰ ਕਹਿੰਦੇ ਪੰਜ ਹੋ ਗਿਆ ਮੇਰੇ ਮਿੱਤਰੋ, ਪੰਜ ਤੇ ਤੇਰਾਂ ਦੀ ਟੱਕਰ ਆ ਨੌਜਵਾਨ ਹੈ, ਵੱਡਾ ਮੈਚ ਆ। ਹਾਂ ਇਹਦੇ ਵਿੱਚ ਕੋਈ ਸ਼ੱਕ ਨਹੀਂ ਨੌਜਵਾਨ, ਪੰਜਾਬ ਦੇ ਵਿੱਚ ਅੱਜ ਕੱਲ੍ਹ ਇਹਨਾਂ ਦਾ ਹੀ ਦੌਰ ਹੈ, ਇਹ ਵੀ ਤੈਨੂੰ ਗੱਲ ਮੰਨਣੀ ਪੈਣੀ ਹੈ। ਇੰਸਟਾਗ੍ਰਾਮ ਦੀਆਂ ਰੀਲਾਂ ਵੀ ਅੱਜ ਕੱਲ੍ਹ ਇਹਨਾਂ ਦੀਆਂ ਫੇਮਸ ਹੁੰਦੀਆਂ ਨੇ, ਪਰ ਬਾਬਾ ਨਾਨਕ ਤਰੱਕੀਆਂ ਬਖਸ਼ੇ ਵਾਹਿਗੁਰੂ ਫੇਰ ਕਰੇ। ਅਰਸ਼ ਫੋਨ ਵੱਜੀ ਜਾਂਦਾ ਬਾਈ, ਸਾਹਮਣੇ ਪੰਜ ਤੇ ਤੇਰਾਂ ਦੀ ਖੇਡ ਹੈ ਰਵਿੰਦਰ, ਪੰਜ ਤੇਰਾਂ ਜੀ, ਪੰਜ ਤੇਰਾਂ, ਪੰਜ ਤੇ ਤੇਰਾਂ ਦੀ ਖੇਡ ਹੈ। ਉਧਰ ਗਗਨ ਗਰੇਵਾਲ ਕੈਨੇਡਾ, ਉਹ ਵੀ ਲਾਈਵ ਜਿਹੜੇ ਹੋਏ ਅੱਜ ਦੇ ਨਾ ਮੈਚਾਂ ਨਾਲ, ਤੇ ਉਹਨਾਂ ਦਾ ਵੀ ਤਹਿ ਦਿਲੋਂ ਧੰਨਵਾਦ ਆ। ਬਹੁਤ ਸੁਣੀਆਂ ਦਾ ਮੈਚ ਹੁੰਨੀਆਂ ਦਾ ਵੀਰੇ ਮਾਣ ਹੈ। ਗੰਨਾਂ ਚੱਕੀ ਫਿਰਦੇ ਤੇ ਮਿੱਤਰਾਂ ਨੇ ਰੱਖੇ ਠਾਰ ਕੇ, ਆਪਾਂ ਉਹ ਨੀ ਜਿਹੜੇ ਪਾਉਂਦੇ ਆ ਸਟੋਰੀਆਂ ਬਾਬਰੀ ਚ ਬੰਦਾ ਮਾਰ ਗਏ, ਵੀ ਆਪਾਂ ਉਹ ਨੀ ਜਿਹੜੇ ਪਾਉਂਦੇ ਆ ਸਟੋਰੀਆਂ ਆਹ ਬਾਬਰੀ ਚ ਬੰਦਾ ਮਾਰ ਕੇ, ਵੀ ਖੜੇ ਖੜੇ ਬਦਲੇ ਕੱਚੇ ਜੋ ਕੰਨਾਂ ਦੇ ਤੇ ਯਾਰੀ ਛੱਟ ਬਣ ਕੇ ਮਰੀਦ ਰੰਨਾਂ ਦੇ, ਇੱਧਰੋਂ ਦੀ ਆ ਜਾ ਕਦੇ ਉੱਧਰੋਂ ਦੀ ਆ ਜਾ, ਐਵੇਂ ਮਿੱਟੀ ਦੇ ਆ ਬੁੱਤਾਂ ਕੋਲੋਂ ਡਰੀ ਜਾਂਦੇ ਆ ਤੇ ਲਾਉਣ ਵੇਲੇ ਜਿੰਨਾਂ ਤੋਂ ਨਿਸ਼ਾਨੇ ਨੀ ਉਹ ਲੱਗੇ ਬਈ ਹੁਣ ਪਾਬਲੀ ਚ ਚਾ ਪੂਰੇ ਕਰੀ ਜਾਂਦੇ ਆ, ਹੁਣ ਵੇਲੇ ਜਿੰਨਾਂ ਤੋਂ ਨਿਸ਼ਾਨੇ ਨਹੀਂ ਉਹ ਲੱਗੇ ਬਈ ਹੁਣ ਪਾਬਲੀ ਚ ਚਾ ਪੂਰੇ ਕਰੀ ਆਉਂਦੇ ਆ, ਪਰ ਆ ਮੁੰਡੇ ਕਹਿੰਦੇ ਖੇਡਦੇ ਗਰਾਊਂਡ ਚ ਖੂਨ ਪਸੀਨਾ ਡੋਲਦੇ ਤਾਂ ਜਾ ਕੇ ਆਪਾਂ ਇਹਨਾਂ ਮੁੰਡਿਆਂ ਦੀ ਚਰਚਾ ਕਰਦੇ ਆ, ਸਿਰਤਾ ਹੁੰਦੀਆਂ ਵੀ ਆ ਮੁੰਡਾ ਫਲਾਣੇ ਪਿੰਡ ਦਾ ਤੇ ਸਟਾਰ ਬਣ ਗਿਆ, ਟੱਕਰ ਵੱਡੀ ਆ, ਤੇਰਾਂ ਦੇ ਚੱਕੇ ਜਾਮ ਹੋਏ ਪਏ ਆ ਬਹਾਦਰਗੜ੍ਹ ਵਾਲਿਆ ਨੰਬਰ ਚੌਦਵਾਂ ਦੇ, ਹੁਣ ਤੂੰ ਜੋੜੇ ਤੇ ਗੱਲ ਫੇਰ ਬਣਦੀ ਆ, ਗੱਲ ਤੇ ਫੇਰ ਬਣਦੀ ਆ,
ਸੈਮੀ ਯੂਪੀ ਸ਼ਾਸਤਰੀ ਤੇ ਜੋਧਪੁਰੀ ਅਮਰੀ। ਔਰ ਇੱਕ ਪਾਸੇ ਮੈਂ ਟੱਕਰਿਆ ਵੀ ਖੇਡ ਦੇ ਮੈਦਾਨ ਦੇ ਵਿੱਚ ਸ਼ੁਰੂ ਖੇਡਦਾ ਔਰ ਨਾਲ ਮੈਂ ਟੱਕਰਿਆ ਵੀ ਬਹਾਨੇ ਵਾਲਾ ਲਿਫਟੀ ਆ ਸਚਿਨ ਰਾਣਾ ਵੱਡੇ ਵੱਡੇ ਮਲ ਪੁੱਜੇ ਔਰ ਧੰਨ ਧੰਨ ਹੋ ਗਈ ਹੈ ਨੈਟ ਤੇ ਚਲਾ ਕਰਨ ਬਰਾੜ ਵੀਰੇ ਤੁਹਾਡਾ ਆਇਆ ਨਹੀਂ ਮੈਸੇਜ ਜੀ ਇਕੱਲਾ ਹੀ ਆਇਆ ਵੀ ਕਰਵਾਈ ਅਨਾਉਂਸ ਸਿਰਫ ਇਹੀ ਮੈਸੇਜ ਆਇਆ ਤੁਹਾਡਾ ਬਲਕਰਨ ਵੀਰੇ ਮੈਂ ਸਾਹਮਣੇ ਤੇ 13 ਤੇ 5 ਦੀ ਖੇਡ ਔਰ ਮੇਰੇ ਮਿੱਤਰੋ ਨੰਬਰ ਚੌਥਾ ਜੁੜ ਗਿਆ ਨੌਜਵਾਨਾ ਤੇ ਕਮਾਲ ਹੋਣੀ ਜ਼ਰੂਰ ਆ ਵਰਿੰਦਰ ਕਹਿੰਦਾ ਹੁੰਦਾ ਵੀ 13ਵਾਂ ਨੰਬਰ ਬਹੁਤ ਔਖਾ ਟੁੱਟਦਾ ਇਹਦੇ ਵਿੱਚ ਕੋਈ ਸ਼ੱਕ ਨਹੀਂ ਔਰ ਗਲਤੀ ਕਹਿੰਦੇ ਗੱਭਰੂ ਨੇ ਕਰ ਦਿੱਤੀ ਹੈ 5 ਤੇ 13 ਦੀ ਟੱਕਰ ਹੈ ਮੈਨੂੰ ਲੱਗਦਾ ਵੀ ਉਹ ਨੰਬਰ 6ਵਾਂ ਤਲਵੰਡੀ ਵਾਲਾ ਛੋੜਦੀਆਂ ਜ਼ਰੂਰ ਉਹਨਾਂ ਦੀ ਅੱਖ ਮੈਨੂੰ ਜੱਸਾ ਚੱਲਦੇ ਹੋਏ ਮੈਂ ਦੇ ਵਿੱਚੋਂ ਜਿੱਤ ਗਿਆ ਤੇ ਲੋਡਿਆਂ ਦੇ ਟੂਰਨਾਮੈਂਟ ਦੇ ਜੱਸੇ ਦਾ ਸਨਮਾਨ ਇੱਕ ਵੱਡਾ ਪੱਧਰ ਤੇ ਕੀਤਾ ਜਾਵੇਗਾ ਜੇ ਜੱਸਾ ਚੱਲਦੇ ਹੋਏ ਮੈਂ ਦੇ ਵਿੱਚੋਂ ਜਿੱਤੂ ਰਹਿੰਦਾ ਤੇ ਲੋਡਿਆਂ ਦੇ ਵੱਡੇ ਕੱਪ ਦੇ ਵੱਡੇ ਮਾਣ ਸਨਮਾਨ ਦਿੱਤੇ ਜਾਣਗੇ ਲੈ ਵੀ 5 ਤੇ 13 ਵਧੀਆ ਵਧੀਆ ਬਾਈ ਸੇਮਾ ਆਸਟ੍ਰੇਲੀਆ ਬਹੁਤ ਵਧੀਆ ਬਾਈ 5-13 ਪੁਆਇੰਟ ਆ ਜੀ 5-13 ਉਧਰ ਸਾਡੀ ਜ਼ਿੰਦਗੀ ਦਾ ਮਾਣ ਆ ਵੱਡਾ ਭਰਾ ਸਾਡਾ ਸੇਮਾ ਭਰਾ ਸਾਡਾ ਕੀਬੀ ਵਾਲ ਪਿੰਡ ਤੇ ਰਹਿੰਦਾ ਵਿੱਚ ਆਸਟ੍ਰੇਲੀਆ ਦੇ ਉਹ ਵੀਰ ਵੀ ਅੱਜ ਦੇ ਮੈਚਾਂ ਨਾਲ ਲਾਈਵ ਜੁੜਿਆ ਹੋਇਆ ਇਤਿਹਾਸ ਬਣ ਗਿਆ ਆਓ ਬੱਲੇ 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 ਆਓ ਕਦੇ ਧੱਕਾ ਕਰੀ ਆਉਂਦੇ ਆ ਲੈ ਵੀ ਬਹਾਦਰ ਗੜੀ ਇਹਦੀ ਖੇਡ ਕਿਹਨੂੰ ਕਿਹਨੂੰ ਵਧੀਆ ਲੱਗੀ ਇੱਕ ਵਾਰੀ ਤਾੜੀ ਮਾਰਦੇ ਆ ਜ਼ੋਰਦਾਰ ਰਵੀ ਦੇ ਲਈ ਵਾਵੇ ਰਵੀ ਆ ਵੀ ਬਹਾਦਰ ਗੜੀ ਆ ਰਵੀ ਆ ਉਹ ਤਿੱਖੇ ਤਿੱਖੇ ਨੈਣਾਂ ਦਾ ਤੇ ਤਿੱਖੇ ਤਿੱਖੇ ਜਿਹੜੇ ਭਰਾ ਸਟਾਰ ਭੇਜ ਸਕਦੇ ਆ ਸਟਾਰ ਜ਼ਰੂਰ ਭੇਜ ਦਿਓ ਜੀ ਫੌਜੀ ਆ ਭਰਾ ਸਾਡਾ ਆਪਣੀ ਹੋਣੇ ਤੁਹਾਨੂੰ ਪ੍ਰਤਾਪ ਨੀ ਕਰਦੇ ਪੈਣਗੇ ਤਗੜਾ ਹੋਣਾ ਪਊਗਾ ਇਹ ਬਹਾਣੇ ਵਾਲਾ ਲਿਫਟੀ ਵਾਲਾ ਜੱਸੇ ਦੇ ਭੱਲੇ 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 ਤੇਰਾ ਮੱਝ ਫੇਰ ਜੇ ਜਾ ਵੀਰੇ ਦੋਨੋਂ ਟੀਮਾਂ ਦਾ ਮੇਰੇ ਮਿੱਤਰੋ ਆਪਸ ਵਿੱਚ ਪਿਆਰ ਵੀ ਬਹੁਤ ਹੈ ਪਰ ਅੱਜ ਸੱਜਰੇ ਸ਼ਰੀਕ ਬਣੇ ਬੈਠੇ ਆ ਗਰਾਊਂਡ ਦੇ ਅੰਦਰ ਨੰਬਰ ਹੁਣ ਕੌਣ 6-13 ਹੋ ਗਏ ਵੀਰੇ 13 ਦੀ ਟੱਕਰ ਨੌਜਵਾਨਾ ਫਿਰ ਜਿਨ੍ਹਾਂ ਨਾਲ ਮੈਂ ਥੋੜਾ ਸਜਾਉਂਦਾ ਉਹ ਚੀਜ਼ ਤੇਰੀ ਖਾਸ ਬਣ ਗਏ ਠੀਕ ਹੈ ਮਨ ਪਰਚਾਵੇ ਦੀ ਤੇਰੇ ਲਈ ਟਾਈਮ ਪਾਸ ਬਣ ਗਏ ਇੰਜਰ ਲੋਕਾਂ ਤੋਂ ਟੁੱਟ ਜਾਣਦਾ ਤੇ ਸਾਡੇ ਨਾ ਰਿਵਾਜ ਮੁੰਡਿਆ ਤੂੰ ਸਾਡਾ ਨਹੀਂ ਅਸੀਂ ਨੀ ਹੁਣ ਤੇਰੇ ਜਾਂ ਟੁੱਟ ਗਈ ਲਿਹਾਜ ਮੁੰਡਿਆ ਅੱਜ ਤੇ ਕਹਿੰਦੇ ਲਿਹਾਜ਼ਾਂ ਟੁੱਟਣਗੀਆਂ ਜ਼ਰੂਰ ਇਹਦੇ ਵਿੱਚ ਸ਼ੱਕ ਕੋਈ ਨੀ 6-13 ਦੀ ਟੱਕਰ ਜਿਹੜੀ ਟੀਮ ਪਹਿਲਾਂ 19 ਕਰ ਗਈ ਤੇ ਉਹ ਕਹਿੰਦੇ ਜੇਤੂ ਰਹੇਗੀ ਚੱਲ ਵੀ ਨੰਬਰ 7 ਕਨੇਡਾ ਵਧੀਆ ਵਧੀਆ ਲੱਗ ਗਿਆ ਹੱਲਾ ਗੁੱਲਾ ਹੋਣਾ
ਧਰਪਣ ਕਰਵਾ ਦਿੱਤੀ ਆ ਵੀ ਤੂੰ ਕਾਨੂੰ ਵੀ ਜਾਣਦੀ ਆ, ਤੂੰ ਇਲ ਨੂੰ ਵੀ ਜਾਣਦੀ ਆ, ਤੇ ਫੱਟੀਏ ਪਜਾਜਣੇ ਤੂੰ ਗਿੱਲ ਨੂੰ ਵੀ ਜਾਣਦੀ ਆ, ਫੱਟੀਏ ਪਜਾਜਣੇ ਤੂੰ ਗਿੱਲ ਨੂੰ ਵੀ ਜਾਣਦੀ ਆ, ਜਿੰਨਾ ਜਿਨ੍ਹਾਂ ਨੂੰ ਆਹ ਬਾਲ ਆਇਆ ਸਵਾਦ ਉਹ ਕਾਲੀ ਤੂੜੀ ਦਾ ਮਾਰ ਦੇ ਸਾਹਮਣੇ ਤੇ ਕਹਿੰਦੇ ਗੱਭਰੂ ਨੇ ਕਮਾਲ ਕਰਤੀ ਹੈ ਖਾਸ ਸਟਾਰ ਲੈਣੇ ਬੁੱਧ ਬਾਈ ਮੈਂ 1500 ਸਟਾਰ ਲੈਣਾ ਘੱਟ ਤੋਂ ਘੱਟ ਚੜ੍ਹਦੀ ਹੁੰਦੀ ਆ ਪਿਛਲੇ ਮੈਚ ਚ ਵੀਰੇ ਜੋਧਪੁਰੀਆ ਜਿੱਤ ਗਈ ਸੀ, ਅਗਲਾ ਮੈਚ ਜੋਧਪੁਰੀਆ ਦਾ ਹੋਣਾ, ਦੂਜਾ ਸੈਮੀ ਯੂਪੀ ਸ਼ਾਸਤਰੀ ਨਾਲ ਵੀਰੇ। ਓਕੇ ਓਕੇ ਗੋਲੂ ਸ਼ਰਮਾ ਜੀ, ਹੌਲੀ ਹੌਲੀ ਕਰਕੇ ਮੁੰਡੇ ਨੇੜੇ ਨੇੜੇ ਲੱਗਦੇ ਜਾਂਦੇ ਨੇ, ਇੱਕ ਦਾ ਪੁਆਇੰਟ ਦੇ ਹੋਰ ਠੀਕ ਆ, ਕਰ ਫੇਰ ਵੇਟ, 2 ਮਿੰਟ ਵੇਟ ਕਰ, ਬੁੱਤ ਨੰਬਰ ਦੇ ਹੋਰ ਜੁੜ ਗਿਆ ਤੇ ਗੱਲ ਜਿਹੜੀ ਫੇਰ ਟਿਕਾਣੇ ਲੱਗ ਜਾਣੀ ਹੈ। ਉਧਰ ਭਰਾਸਾ ਦਾ ਦਲਜੀਤ ਆ ਰਸਤਾ ਵਿੱਚ, ਗੇਟਾਂ ਦੇ ਜੈਲਦਾਰ ਦਲਵੀਰ ਜੈਲਦਾਰ, ਬਹੁਤ ਸੋਹਣਾ ਮੈਚ ਹੈ ਔਰ ਨੰਬਰ ਇੱਧਰ 8 ਹੋ ਚੁੱਕਿਆ ਤੇ ਇੱਧਰਲੇ ਪਾਸੇ ਮੇਰੇ ਮਿੱਤਰ 13 ਪੁਆਇੰਟ ਆ, 19 ਪੁਆਇੰਟਾਂ ਦੀ ਜਿਹੜੀ ਖੇਡ ਹੈ। ਉਹ ਦਲਵੀਰ ਜੈਲਦਾਰ ਸਾਡਾ ਵੀਰ ਵਸਦਾ ਵਿੱਚ ਕੈਨੇਡਾ ਦੇ, ਨੰਬਰ 9-13 ਰਾਜ ਹੋਇਆ ਨੀ ਕਿਸੇ ਤੋਂ ਮਹਾਰਾਜੇ ਤੇ ਕੱਪੜੇ ਲਾ ਕੇ ਪੱਟਾਂ ਤੇ ਥਾਪੀਆਂ ਤੇ ਬੜਿਆਂ ਨੇ ਮਾਰੀਆਂ ਔਰ ਲੀਡਰ ਉੱਠਿਆ ਨੀ ਗੀ ਬਾਜੇ ਦੇ ਹਰਜੀਤ ਵਰਗਾ। ਬਹੁਤ ਸਿੰਘ ਬਾਜਵਾ ਕੈਨੇਡਾ ਨੇ ਸਟਾਰ ਭੇਜਿਆ, ਬਹੁਤ ਬਹੁਤ ਧੰਨਵਾਦ ਜੀ, ਬਹੁਤ ਸਿੰਘ ਬਾਜਵਾ ਕੈਨੇਡਾ ਜੀ ਸਟਾਰ ਭੇਜਣ ਵਾਸਤੇ ਧੰਨਵਾਦ। ਕੱਪੀ ਕੇ ਪਾਰਦਾ ਤੇ ਕ੍ਰੇਡਿਟ ਦੀ ਕਿੱਥੋਂ ਰੀਸ ਕਰ ਲੋ ਪੈਟਰਾ ਨਾ ਹਰਸ਼ਦੀਪ ਸਿੱਧੂ ਨੇ ਸਟਾਰ ਭੇਜਿਆ, ਬਹੁਤ ਬਹੁਤ ਧੰਨਵਾਦ ਜੀ ਹਰਸ਼ਦੀਪ ਸਿੱਧੂ ਜੀ, ਜੱਸੇ ਦੀ ਬਾਤ ਤੋਂ ਖੁਸ਼ ਹੋ ਕੇ ਸਟਾਰ ਭੇਜਿਆ ਦੋਨੇ ਭਰਾਵਾਂ ਨੇ, ਬਹੁਤ ਬਹੁਤ ਧੰਨਵਾਦ। ਤੁਸੀਂ ਦੇਖ ਰਹੇ ਹੋ ਸ਼ੇਰੇ ਪੰਜਾਬ ਫੈਡਰੇਸ਼ਨ ਵਾਲੀਬਾਲ ਕੱਚੀ ਲਾਈਵ ਪੇਜ, ਵਰਿੰਦਰ ਚਾਂਗਲੀ ਵੱਲੋਂ ਸਾਰੇ ਭਰਾਵਾਂ ਦਾ ਧੰਨਵਾਦ ਜੀ। ਐਂਡ ਮੈਚ ਹੋਇਆ ਤੇ ਸਾਰੇ ਹੀ ਐਂਡ ਵੀਰੇ, ਆਹ ਮੈਚ ਬਣ ਸੈਟ ਹੋ ਚੁੱਕਿਆ ਸੀ ਪਰ ਫੇਰ ਫਸ ਗਿਆ ਮੈਚ, ਤੇ
ਕੈਮਰਾ ਵਾਲੀ ਆ ਕਰਗਲ ਸੋਣਾ ਵੀਰਾ ਆਵਾਜ਼ ਤੇਰੀ ਸ਼ਹਿਦ ਨਾਲੋਂ ਮਿੱਠੀ ਹੈ। ਆਓ ਸਾਹਮਣੇ ਇੱਧਰ ਕਿਉਂਦੇ ਤੇਰੋਂ ਤੇ ਨਾਉ ਦੀ ਟੱਕਰ ਮੇਰੇ ਮਿੱਤਰ ਮੈਂ ਜਿਹੜਾ ਬੜਾ ਵਧੀਆ ਖੇਡਿਆ ਜਾ ਰਿਹਾ ਫਰਕ ਹਾਲੇ ਚਾਰ ਪੁਆਇੰਟਾਂ ਦਾ ਇੱਧਰ ਤੇਰੋਂ ਤੇ ਚੱਕੇ ਜਾਮ ਮੁੰਡਿਆਂ ਨੇ ਕਰ ਦਿੱਤੇ ਹੈ ਉਹਨਾਂ ਨੇ ਤਿਆਰੀ ਫੜਨੀ ਹੈ ਜਦੋਂ ਸਾਈਡਾਂ ਚੇਂਜ ਹੋਈਆਂ ਤੇ ਸਾਈਡਾਂ ਦੇ ਵਾਧੇ ਘਾਟੇ ਹੋਰ ਜ਼ਰੂਰ ਹੋਣਗੇ ਮਿੱਤਰਾਂ ਹੁਣ ਨੰਬਰ ਚੌਦਵਾਂ ਕੌਣ ਦੌੜਦਾ ਇਹ ਤੇ ਕਹਿੰਦੇ ਬਗਤੀ ਦੱਸੇਗਾ ਮੇਰੇ ਮਿੱਤਰੋ ਸਿਰੇ ਦੀ ਟੱਕਰ ਜਿਹੜੀ ਗਰਾਊਂਡ ਦੇ ਵਿੱਚ ਖੇਡੀ ਆ ਰਹੀ ਹੈ ਅੱਜ ਵੱਡੀਆਂ ਟੀਮਾਂ ਨੇ ਵੱਡੇ ਖਿਡਾਰੀਆਂ ਨੇ ਭਾਗ ਲਿਆ ਇਸ ਧਰਤੀ ਦੇ ਉੱਤੇ ਪਹਿਲਾ ਸੈਮੀ ਜਿਹੜਾ ਖੇਡਿਆ ਜਾ ਰਿਹਾ ਬਹੁਤ ਧੰਨਵਾਦ ਜੀ ਅਮਰਿੰਦਰ ਜੀ ਮਾਣ ਇੰਜ ਲੱਗਿਆ ਮਿੱਤਰਾਂ ਘੁਰਕਣੀ ਕੈਨੇਡਾ ਨੇ ਸਟਾਰ ਭੇਜਿਆ ਧੰਨਵਾਦ ਨੰਬਰ 14ਵਾਂ ਜੁੜ ਗਿਆ ਬਾਈ 13ਵਾਂ ਨੰਬਰ ਟੁੱਟ ਗਿਆ 14ਵਾਂ ਨੰਬਰ ਜੁੜ ਗਿਆ ਜੀ 14 ਤੇ 9 ਹੋ ਗਿਆ ਨਾ ਵੀ 14 ਤੇ 9 14 ਤੇ 9 ਨਾਲ ਹੀ ਯੂਪੀ ਸ਼ਾਸਤਰੀ ਔਰ ਗੋਲਪੁਰੀਆ ਇਹ ਦੋਨੋਂ ਟੀਮਾਂ ਦੇ ਖਿਡਾਰੀ ਵੀ ਆਪਣੇ ਆਪ ਨੂੰ ਵਾਰਮ ਅਪ ਕਰ ਲੈਣਗੇ ਜੀ ਹੈਲੋ ਯੂਪੀ ਸ਼ਾਸਤਰੀ ਤੇ ਗੋਲਪੁਰੀਆ ਦੋਨੋਂ ਟੀਮਾਂ ਦੇ ਨੇੜੇ ਰਹਿਣ ਬੇਨਤੀ ਹੈ ਲਓ ਜੀ ਨੰਬਰ 15ਵਾਂ ਜੁੜ ਗਿਆ ਵੀਰੇ ਰਾਜੂ ਦੋ ਗਲਤੀਆਂ ਕਰ ਗਿਆ ਲਗਾਤਾਰ ਬਾਈ ਰਾਜੂ ਦਾ ਕਮਲ ਦਾ ਵੀਰ ਜਿਹੜਾ ਗਲਤੀ ਕਰ ਗਿਆ ਲੈ ਵੀ ਰਾਜੂ ਜੈਪੁਰ ਦੂਰ ਬੜੀ ਸੋਹਣਾ ਵੀਰਾ 10 ਘੰਟੇ ਲੱਗਦੇ ਆ ਗੱਡੀ ਦੇ ਥੋੜਾ ਧਿਆਨ ਕਰਨਾ ਪੈਣਾ ਹੈ ਔਰ ਨੰਬਰ ਇਧਰਲੇ ਪਾਸੇ 15ਵਾਂ ਜਾ ਜੁੜ ਗਿਆ 15 ਤੇ ਉਧਰ 9 ਨੰਬਰ ਨੇ 19 ਪੁਆਇੰਟਾਂ ਦੀ ਖੇਡ ਆ ਨਹੀਂ ਨਹੀਂ 19 ਦੀ ਗੇਮ ਆ 19 ਦੀ ਵੀਰੇ ਸਰਵਿਸ ਕਰਨ ਦੇ ਲਈ ਤਿਆਰ ਬਰ ਤਿਆਰ ਹੈ ਲੈ ਵੀ ਰਾਜੂ ਕਾਬੂ ਹੋ ਜਾ ਤੇ ਨਹੀਂ ਉਹ ਕਾਬੂ ਕਰ ਲੈਣਗੇ ਮਾੜਾ ਜਿਹਾ ਫੋਨ ਨੂੰ ਥੋੜਾ ਭਰਾ ਬਣ ਕੇ ਹੀਟ ਹੁੰਦਾ ਮਾੜਾ ਜਿਹਾ ਇੱਧਰ ਨੂੰ ਹੋ ਗਿਆ ਸਿੱਧੀ ਜਿਹੀ ਹਵਾ ਮਾੜੀ ਉਹਦੀ ਬਫਰਿੰਗ ਲੱਗ ਜਾਂਦਾ ਕਾਰਨ ਜਦੋਂ ਹਵਾ ਹੁਣ ਬੰਦ ਹੋ ਜਾਂਦੀ ਕਮਲ ਦਾ ਵੀਰ ਹੈ ਪਰ ਸਾਹਮਣੇ ਆਹ ਬੱਲੇ 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 ਤੇਰੇ ਬਹਾਣੇ ਵਾਲਾ ਨੰਬਰ 16ਵਾਂ ਜੋੜ ਦਿੱਤਾ ਮੁੰਡੇ ਨੇ ਆਪਣੀ ਟੀਮ ਦੇ ਲਈ ਰਵੀ ਤੋਂ 1100 ਰੁਪਇਆ ਦਲਵੀਰ ਬਾਈ ਸਿਰੇ ਦੀ ਟੱਕਰ ਮੇਰੇ ਮਿੱਤਰੋ ਵੀ ਕੁਝ ਪੰਦੇ ਨਸਲ ਦੇ ਹੋਰ ਅਜਗਰ
ਹਰ ਕੁੰਡਲੀ ਚੜਾਂ ਦੇ ਵਿੱਚ ਬਹਿੰਦੇ ਆ ਐਸੇ ਯਾਰਾਂ ਕੋਲ ਰੱਬ ਹੀ ਬਚਾਵੇ ਜਿੰਦਰਾ ਤਾਂ ਕਿ ਇੱਕ ਭਾਂਡੇ ਵਿੱਚ ਜਿਹੜੇ ਮਾੜਾ ਕਹਿੰਦੇ ਆ ਕਰਿਆ ਨਾ ਕਰ ਵਿਸ਼ਵਾਸ ਚੋਪੜ ਮਿਲਦਾ ਫਿਰਦਾ ਝੂਮ ਝੂਮ ਕੇ ਤੁਰਦਾ ਬਈ ਜਾ ਰਾਵੀ ਲੱਗਦੀ ਆ ਔਰ ਝੂਮ ਝੂਮ ਕੇ ਤੁਰਦਾ ਬਈ ਜਾ ਰਾਵੀ ਲੱਗਦੀ ਹੈ ਪਤਾ ਨਹੀਂ ਕਿ ਸੋਲਾਂ ਭਾਈ ਜੀ ਪਾਣੀ ਪਾਉਣ ਦਾ ਕਰ ਦਈਏ ਜੀ ਆਪਾਂ ਪਾਣੀ ਪਾਉਣ ਦਾ ਕਰ ਦੋ ਜੀ ਭਾਈ ਜੀ ਯੂਪੀ ਸ਼ਾਸਤਰੀ ਤੇ ਜੋਧਪੁਰੀਆ ਦੋਨੋਂ ਟੀਮਾਂ ਬਿਲਕੁਲ ਨੇੜੇ ਆਓ ਜੀ ਜਿੱਥੇ ਮਰਜ਼ੀ ਬੈਠਾ ਰਹੇ ਹੁਣ ਤਾਂ ਮੌਸਮ ਭਾਦੋਂ ਤੱਕ ਹੀ ਭਾਦੋਂ 'ਚ ਹਜੇ ਹੋਰ ਵੀ ਤਾਂ ਹੋਰ ਵੀ ਬਣੂ ਕਹਿੰਦੇ ਨੇ ਭਾਦੋਂ ਦਾ ਦੁਪਹਿਰਾ ਸਾਹ ਦਾ ਲੱਗੀ ਭਾਵ ਦੀ ਕਿਵੇਂ ਬਹੁਤ ਬਹੁਤ ਧੰਨਵਾਦ ਜੀ ਸੰਧੂ ਕੁਲਵਿੰਦਰ ਚੈਣੇਵਾਲ ਨੇ ਬਹੁਤ ਸਟਾਰ ਭੇਜਿਆ ਬਹੁਤ ਧੰਨਵਾਦ ਜੀ ਸੰਧੂ ਕੁਲਵਿੰਦਰ ਸਟਾਰ ਪਲੇਅਰ ਚੈਣੇਵਾਲ ਦਾ ਸੀਨੀਅਰ ਪਲੇਅਰ ਬਾਈ ਨੇ ਸਟਾਰ ਭੇਜਿਆ ਧੰਨਵਾਦ ਜੀ ਸੰਧੂ ਸਾਹਿਬ ਭਾਈ ਜੀ 16 ਤੇ 9 ਹੀ ਆ ਨਾ ਫਟ ਜੀ ਨੰਬਰ 17ਵਾਂ ਜੋੜਦਾ ਰਵੀ ਨੇ ਇੱਕ ਤਗੜੀ ਹੋਰ ਮਾਰ ਲਈ ਜੀ 17 ਦੇ ਨਾਲ 17 9 ਹੋ ਗਏ ਵੀਰੇ ਕੁਲਦੀਪ ਆ ਭਰਾ 17 9 ਹੋ ਗਏ ਜਗਜੀਤ ਵੀਰੇ 19 ਦੀ ਗੇਮ ਆ 17 ਰਵੀ 9 ਜੱਸਾ ਵੀ ਆਪਾਂ 2500 ਦੇ ਦੇਵਾਂਗੇ ਇਹ ਮੁੰਡੇ ਇਧਰ ਸਹਾਰਨਪੁਰ ਯੂਪੀ ਵਾਲੇ ਬਹਾਦਰਗੜੀਆ ਰਵੀ ਜੱਸੇ ਨੂੰ 10 ਤੋਂ ਥੱਲੇ ਰੱਖਦਾ ਮਿੱਤਰਾਂ ਰੁਪਈਆ ਆਓ 2500 ਦਿੱਤਾ ਜਾਣਾ ਇਧਰ ਵੇਖ ਮਿੱਤਰਾਂ 9 ਨੰਬਰ ਜਿਹੜੇ ਉਧਰਲੀ ਸਾਈਡ ਆ ਇਧਰ 17 ਹੋ ਗਏ ਆ 17 ਤੇ ਜਿਹੜੀ 9 ਦੀ ਟੱਕਰ ਫੱਟੀ ਹੈ ਖੇਡ ਗਰਾਊਂਡ ਦੇ ਅੰਦਰ ਮੇਰੇ ਮਿੱਤਰੋ 9 ਸਾਹਮਣੇ ਮੈਚ ਬੜਾ ਟੌਪ ਦਾ ਪਰ ਇਧਰ ਹਾਈ ਬਾਲ ਹਾਂਜੀ ਹਾਂਜੀ ਗੁਰਵੀਰ ਬਰਾੜ ਜੀ ਕੀ ਹਾਲ ਆ ਵੀਰੇ ਨਾਲ ਹੀ ਹੋਰ ਜਗਜੀਤ ਸਰਪੰਚ ਭਰਾ ਸਾਡਾ ਕਟਾਰੀ ਵਾਲਾ ਵਸਦਾ ਵਿੱਚ ਕੈਨੇਡਾ ਦੇ ਜੇ ਰਵੀ ਅੱਜ ਫਾਈਨਲ ਜਿੱਤੇ ਤੇ ਰਵੀ ਦਾ ਸਨਮਾਨ ਭਰਾ ਕਹਿੰਦਾ 31,000 ਨਾਲ ਕਰਾਂਗੇ ਆਪਾਂ ਜਗਜੀਤ ਸਰਪੰਚ ਕਟਾਰੀ ਵਾਲਾ ਕੈਨੇਡਾ ਵਿੱਚ ਵਸਦਾ ਔਰ ਭਰਾ ਕਹਿੰਦਾ ਮਾਣ ਆਪਾਂ ਕਰਦਾ ਰਵੀ ਦਾ 31,000 ਦੇ ਨਾਲ ਪਰ ਜੇ ਰਵੀ ਫਾਈਨਲ ਜਿੱਤੇ ਤੇ ਫੇਰ ਗੱਲ ਬਣੂਗੀ ਇੱਧਰ 17 ਉੱਧਰ 9 ਦੋ ਪੁਆਇੰਟਾਂ ਦੀ ਖੇਡ ਬਾਕੀ ਰਹਿ ਗਈ ਆ ਰਾਏਸਰ ਵਾਲਿਆ ਆ ਮੈਚ ਹੁਣ ਇੱਥੋਂ ਜਿੱਤ ਕੇ ਦਿਖਾਵੇ ਤੇ ਤੈਨੂੰ ਤਾਂ ਮੰਨੀਏ ਆ ਬਾਲਾਂ ਸਾਰੀਆਂ ਮੋੜੀ ਆਉਂਦੇ ਉੱਤੇ ਆ ਧਨ ਧਨ ਹੋਈ ਪਈ ਵਿਨੋਦ ਇੱਕ ਪਾਸੇ ਰਾਜੂ ਆ ਟੱਕਰ ਸਿਰੇ ਦੀ ਗਹਾਣੇ ਵਾਲਾ ਲਿਫਟੀ ਆ ਕਹਿੰਦੇ ਚੋਬਰ ਮੇਰੇ ਮਿੱਤਰੋ ਬਾਲਾਂ ਪੱਟੀ ਨੂੰ ਸਿੱਧੀਆਂ ਕਰੀ ਤੁਰਿਆ ਆਉਂਦਾ ਸ਼ੁਭਮ ਕੋਈ ਫੜਦਾ ਬਾਲ ਆਉਂਦੀ ਜਾਂਦੀ ਹੈ ਤੇ ਜਾਂ ਫਿਰ ਇਧਰਲੇ ਪਾਸੋਂ ਸੱਜਣ ਰਾਣਾ ਤੋੜਦਾ ਕੋਈ ਪੱਟੀ ਗੱਲ ਕਹਿੰਦੇ ਟਾਈਮ ਟਾਈਮ ਵੀ ਆ ਪਹਿਲਾ ਸੈਮੀ ਖੇਡਿਆ ਜਾ ਰਿਹਾ ਬੜੀਆਂ ਤਕੜੀਆਂ ਟੀਮਾਂ ਦੇ ਦਰਮਿਆਨ ਜਿਹੜਾ ਵੱਡਾ ਮੈਚ ਹੈ
ਨਾਲ ਸਾਹਮਣੇ ਕਹਿੰਦਾ ਬੜਾ ਫੱਟਾ ਮੈਚ ਹੈ ਮੇਰੇ ਮਿੱਤਰੋ, ਦੋਨੋਂ ਟੀਮਾਂ ਉਹ ਬੱਲੇ 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 ਇੱਧਰ ਇੱਥੇ ਰੱਖ, ਉਹ ਵੀ ਤੇਰੇ ਭੇਤੀਆ ਦੱਸਿਆ, ਉਹ ਗੱਭਰੂ ਤੇਰੇ ਰੱਜ ਕੇ ਭੇਤੀਆ ਨਹੀਂ ਹਨ, ਉਹਨਾਂ ਨੂੰ ਐਵੇਂ ਨਾ ਲੈ ਜੀ, ਇਹਨਾਂ ਨੂੰ ਐਵੇਂ ਨਾ ਲੈ ਜੀ, ਇਹ ਰੱਜ ਕੇ ਭੇਤੀਆ ਤੇਰੇ, ਹਰ ਇੱਕ ਦੂਸਰੇ ਦੇ ਨਾਲ ਤੁਹਾਡੇ ਮੈਚ ਲੱਗਦੀ ਰਹਿੰਦੇ ਆ, ਔਰ ਤੁਸੀਂ ਇੱਕ ਦੂਸਰੇ ਦੇ ਜੈਪੁਰ ਦੇ ਰੈਸਲਰ ਜੱਸੇ ਰਾਜੂ ਵਰਗੇ ਦਾ 9 ਸਕੋਰ ਆ ਜੀ। ਅਗਲਾ ਦੂਜਾ ਸੈਮੀ ਹੋਣਾ ਜੀ ਯੂਪੀ ਸ਼ਾਸਤਰੀ ਦੇ ਜੋਧਪੁਰੀ ਦਾ। ਲਾਸਟ ਹੈ ਬਾਈ ਜੀ ਯੂਪੀ ਸ਼ਾਸਤਰੀ ਔਰ ਜੋਧਪੁਰੀਆ, ਦੋਨੋਂ ਟੀਮਾਂ ਦੇ ਖਿਡਾਰੀ ਆ ਕੇ ਟਾਸ ਕਰੋ ਜੀ। ਇਧਰਲੇ ਪਾਸੇ ਇੱਕ ਪੁਆਇੰਟ ਦੀ ਖੇਡ ਬਾਕੀ ਆ, ਬਾਲਾਂ ਲੱਗ ਰਹੀਆਂ ਬੱਲੇ 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 ਆ, ਕਹਿੰਦੇ ਦੁਨੀਆਂ ਦੇ ਵੱਡਿਆਂ ਖਿਡਾਰੀਆਂ ਦੀ ਟੱਕਰ ਆ, ਵਨ ਆਫ ਦਾ ਬੈਸਟ ਮੈਚ ਆ, ਔਰ ਲੋਕਾਂ ਨੂੰ ਆਸ ਉਮੀਦ ਹਨ ਸਜਰ ਰਾਣਾ ਜਿੱਤ ਗਈ ਵੀਰੇ ਸਹਾਰਨਪੁਰ ਯੂਪੀ ਟੀਮ, ਰਵੀ ਜਿੱਤ ਗਿਆ ਵੀਰੇ, ਰਵੀ ਪਹੁੰਚ ਗਿਆ ਫਾਈਨਲ ਚ, ਮੁੰਡੇ ਚੱਲਦੇ ਸਨ ਮੈਚ ਦੇ ਵਿੱਚ ਜੇਤੂ ਨੇ ਬਹੁਤ ਵੱਡੀਆਂ ਮੁਬਾਰਕਾਂ। ਕੈਸ ਨਹੀਂ ਹੋਣੀ, ਉਹਨੂੰ ਗੂਗਲ ਪੇ ਕਰਾ ਦਿੰਦੇ ਆਪਾਂ, ਕਿਹਨੂੰ ਕਰਨਾ, ਰਵੀ ਨੂੰ ਕਰਨਾ, ਅਸੀਂ ਗੂਗਲ ਪੇ।